पंजाब च शर्मनाक घटना। 12 साल बच्ची ने दिता बच्चे नूं जन्म। अमृतसर हस्पताल च दाखिल मां ते बच्चा। समय तो पहला डिलीवरी होने कारण बच्चे की हालत गंभीर। कपूरथला जिला पुलिस ने शुरू की मामले की जांच। पंजाब च बेहद शर्मनाक घटना वापरी है। एक 12 साल की बच्ची दे वलों एक बच्चे नूं जन्म दिता गया। फिलहाल बच्चे की हालत समय तो पहला डिलीवरी होने कारण गंभीर बनी हुई है। दसिया जा रहा है कि कपूरथला जिले से संबंधित एक बच्ची नूं बीते कल गुरु नानक देव हस्पताल अमृतसर लिया गया, जिथे उस दे नाल एक नव जमया बच्चा भी सी। दसिया जा रहा है कि इसे बच्ची ने इस बच्चे नूं जन्म दिता है। 7वें महीने डिलीवरी होने कारण बच्चे की हालत गंभीर बनी हुई है। फिलहाल हस्पताल प्रशासन ते एक समाज सेवी संस्था ने इस संबंधी सारी जानकारी पुलिस नाल सांझी कीती है। मौके दे उत्ते कपूरथला पुलिस ने पहुंच के मामले की जांच शुरू कर दिती है। फिलहाल बच्ची कुछ भी दसन तो असमर्थ है। बच्ची के मुताबिक उस नाल माड़ा काम करने वाले नूं पहचानदी तां है, पर उसका नाम नहीं जानदी। उत्थे दूजे पासे पुलिस वल्लों पूरे मामले की जांच शुरू कर दिती गई है। जी कल मैनूं एक फोन आया, मैं लुधियाने विच सीगा ਅਤੇ ਇੱਥੇ ਸੇਵਾਦਾਰ ਸਾਡੇ ਮੌਜੂਦ ਸੀਗੇ ਅਤੇ ਸਾਨੂੰ ਫੋਨ ਆਇਆ ਕਿ ਇੱਕ 12 ਸਾਲ ਦੀ ਬੱਚੀ ਹੈ ਜਿਹਨੂੰ ਕਿ ਇੱਕ ਬੇਬੀ ਹੋਇਆ। ਸੋ ਉਸ ਟਾਈਮ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ 12 ਸਾਲ ਦੀ ਬੱਚੀ ਹੈ ਤਾਂ ਉਹਨੂੰ ਮਤਲਬ ਕਿ ਬੱਚਾ ਹੋਇਆ। ਸੋ ਉਸੇ ਟਾਈਮ ਮੈਂ ਕਿਹਾ ਚਲੋ ਮੈਂ ਆ ਰਿਹਾ, ਅਤੇ ਇੱਥੇ 2.5 ਤੋਂ 3 ਘੰਟੇ ਬਾਅਦ ਮੈਂ ਪਹੁੰਚਿਆ ਅਤੇ ਸਾਰੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬੱਚੀ ਨੂੰ ਪੁੱਛਿਆ ਵੀ ਹਾਂ ਬੇਟੇ ਵੀ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਵੀ ਇਹ ਬੱਚਾ ਕਿਸ ਤਰ੍ਹਾਂ ਕੀਦਾ ਹੈਗਾ। ਉਹ ਬੱਚੀ ਕੁਛ ਦੱਸ ਨਹੀਂ ਪਾ ਰਹੀ। ਬੱਚੀ ਨੇ ਇੰਨੀ ਗੱਲ ਦੱਸੀ ਹੈ ਕਿ ਖੁੱਲ੍ਹੇ ਦੇ ਵਿੱਚ ਉਹ ਜਿਹੜੀ ਹੈ ਸ਼ੌਚ ਕਰਨ ਜਾਂਦੀ ਸੀ, ਅਤੇ ਜਿੱਥੇ ਕਿ ਉਹਦੇ ਨਾਲ 2 ਵਾਰੀ ਜਿਹੜਾ ਹੈ ਗਲਤ ਕੰਮ ਹੋਇਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਨੇ ਕਿ ਜਿਹੜੇ ਛੋਟੀ ਛੋਟੀ ਬੱਚੀਆਂ, ਜਿਹੜੇ 12 ਸਾਲ ਦੀ ਬੱਚੀ ਨੂੰ ਵੀ ਜਿਹੜਾ ਨਹੀਂ ਛੱਡਿਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ, ਅਤੇ ਮੈਂ ਇਹ ਪ੍ਰਸ਼ਾਸਨ ਕੋਲੋਂ ਇਹ ਚਾਹੂੰਗਾ ਕਿ ਇਹਦੇ ਵਰਖਿਲਾਫ਼ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਜਾਵੇ, ਅਤੇ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਹੋਏ ਕੁਛ ਕਿਸ ਤਰ੍ਹਾਂ ਹੋਇਆ, ਇਹ ਕੌਣ ਤੱਤਵ ਨੇ। ਕਪੂਰਥਲੇ ਤੋਂ ਪੁਲਿਸ ਆਈ ਸੀ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ। ਸੋ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਇਹ ਕੇਸ ਦੀ ਜੜ੍ਹ ਤੱਕ ਪਹੁੰਚਿਆ ਜਾਵੇਗਾ, ਅਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਬਰਖਿਲਾਫ਼ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ। ਵੀ ਜੀ ਕੱਲ੍ਹ ਮੈਨੂੰ ਇੱਕ ਫੋਨ ਆਇਆ, ਮੈਂ ਲੁਧਿਆਣੇ ਵਿੱਚ ਸੀਗਾ ਅਤੇ ਇੱਥੇ ਸੇਵਾਦਾਰ ਸਾਡੇ ਮੌਜੂਦ ਸੀਗੇ, ਅਤੇ ਸਾਨੂੰ ਫੋਨ ਆਇਆ ਕਿ ਇੱਕ 12 ਸਾਲ ਦੀ ਬੱਚੀ ਹੈ ਜਿਹਨੂੰ ਕਿ ਇੱਕ ਬੇਬੀ ਹੋਇਆ। ਸੋ ਉਸ ਟਾਈਮ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ 12 ਸਾਲ ਦੀ ਬੱਚੀ ਹੈ ਤਾਂ ਉਹਨੂੰ ਮਤਲਬ ਕਿ ਬੱਚਾ ਹੋਇਆ। ਸੋ ਉਸੇ ਟਾਈਮ ਮੈਂ ਕਿਹਾ ਚਲੋ ਮੈਂ ਆ ਰਿਹਾ, ਅਤੇ ਇੱਥੇ 2.5 ਤੋਂ 3 ਘੰਟੇ ਬਾਅਦ ਮੈਂ ਪਹੁੰਚਿਆ ਅਤੇ ਸਾਰੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬੱਚੀ ਨੂੰ ਪੁੱਛਿਆ ਵੀ ਹਾਂ ਬੇਟੇ ਵੀ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਵੀ ਇਹ ਬੱਚਾ ਕਿਸ ਤਰ੍ਹਾਂ ਕੀਦਾ ਹੈਗਾ। ਉਹ ਬੱਚੀ ਕੁਛ ਦੱਸ ਨਹੀਂ ਪਾ ਰਹੀ। ਬੱਚੀ ਨੇ ਇੰਨੀ ਗੱਲ ਦੱਸੀ ਹੈ ਕਿ ਖੁੱਲ੍ਹੇ ਦੇ ਵਿੱਚ ਉਹ ਜਿਹੜੀ ਹੈ ਸ਼ੌਚ ਕਰਨ ਜਾਂਦੀ ਸੀ, ਅਤੇ ਜਿੱਥੇ ਕਿ ਉਹਦੇ ਨਾਲ 2 ਵਾਰੀ ਜਿਹੜਾ ਹੈ ਗਲਤ ਕੰਮ ਹੋਇਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਨੇ ਕਿ ਜਿਹੜੇ ਛੋਟੀ ਛੋਟੀ ਬੱਚੀਆਂ, ਜਿਹੜੇ 12 ਸਾਲ ਦੀ ਬੱਚੀ ਨੂੰ ਵੀ ਜਿਹੜਾ ਨਹੀਂ ਛੱਡਿਆ। ਸੋ ਇਹ ਕਾਫੀ ਹੈਰਾਨਗੀ ਵਾਲੀ ਗੱਲ ਹੈ, ਅਤੇ ਮੈਂ ਇਹ ਪ੍ਰਸ਼ਾਸਨ ਕੋਲੋਂ ਇਹ ਚਾਹੂੰਗਾ ਕਿ ਇਹਦੇ ਵਰਖਿਲਾਫ਼ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਜਾਵੇ, ਅਤੇ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਹੋਏ ਕੁਛ ਕਿਸ ਤਰ੍ਹਾਂ ਹੋਇਆ, ਇਹ ਕੌਣ ਤੱਤਵ ਨੇ। ਕਪੂਰਥਲੇ ਤੋਂ ਪੁਲਿਸ ਆਈ ਸੀ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ। ਸੋ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਇਹ ਕੇਸ ਦੀ ਜੜ੍ਹ ਤੱਕ ਪਹੁੰਚਿਆ ਜਾਵੇਗਾ, ਅਤੇ ਜੋ ਵੀ ਦੋਸ਼ੀ ਹੋਏਗਾ ਉਹਦੇ ਵਰਖਿਲਾਫ਼ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ। ਬਿਊਰੋ ਰਿਪੋਰਟ, ਜਗਬਾਣੀ ਟੀਵੀ।